ਆਪਣੇ ਮਲੰਗਾਂ ਦੇ ਚੋਰ ਕੀ ਫੇਰੇ ਲਾਉਣ ਆਉਂਗੇ। ਹੋਰ ਦੱਸ ਕੀ ਹੋਇਆ? ਮੈਨੂੰ ਤਾਂ ਭੈੜਾ ਸੁਪਨਾ ਆਇਆ ਗਾ। ਕਿਸੇ ਪੁੱਤ ਦੇ ਦਿਲ ਦਾ ਤਾਂ ਨਹੀਂ ਆਇਆ? ਨਹੀਂ, ਕੰਜਰ ਦੇ ਪੁੱਤਾ ਤੇਰੇ ਕੰਜਰ ਫੁੱਫੜ ਦਾ ਆਇਆ ਗਾ। ਓਏ ਹਾਏ ਓਏ ਰੱਬਾ, ਪਹਿਲਾਂ ਤਾਂ ਇਹ ਜਿਉਂਦਾ ਨਹੀਂ ਸੀ ਟਿਕਣ ਦਿੰਦਾ, ਹੁਣ ਮਰਿਆ ਹੋਇਆ ਵੀ ਨਹੀਂ ਟਿਕਣ ਦਿੰਦਾ। ਹਾਂ ਦੱਸ ਕੀ ਕਹਿੰਦਾ ਸੀਗਾ? ਉਹ ਮੈਨੂੰ ਕਹਿੰਦਾ, ਨਾਲ ਤਾਂ ਮੈਂ ਖਾਣੇ ਨੇ ਛੋਲੇ, ਨਾਲੇ ਮੈਂ ਖਾਣੀ ਆ ਖੀਰ, ਨਾਲੇ ਕਹਿੰਦਾ ਮੈਂ ਉਹ ਖਾਣਾਗਾ, ਪਤਾ ਨਹੀਂ ਕੀ ਕਹਿੰਦਾ ਸੀ, ਹੋਰ ਕੁਛ ਐ ਨਹੀਂ ਪਤਾ ਕੀ ਕੁਛ ਮੰਗਦਾ ਸੀ। ਫਿਰ ਤਾਂ ਭੂਆ ਇਹ ਸਮਾਨ ਖਵਾਉਣ ਵਾਸਤੇ ਫੁੱਫੜ ਨੂੰ ਤੈਨੂੰ ਮਰ ਕੇ ਉੱਪਰ ਜਾਣਾ ਪਊਗਾ। ਭੂਆ ਹੁਣ ਤੂੰ ਵੀ ਸਾਨੂੰ ਛੱਡ ਕੇ ਜਾਵੇਂਗੀ? ਮੈਂ ਕਾਹਨੂੰ ਜਾਂਦੀ ਆ, ਮਰੇ ਮੇਰੀ ਗਵਾਂਢਣ ਭਾਨੋ ਭੁੱਕੀ ਵਾਲੀ। ਇਹ ਤਾਂ ਆਪਾਂ ਨੂੰ ਕਿਸੇ ਬਾਹਮਣ ਨੂੰ ਸ਼ਰਾਧ ਖਰਾਉਣਾ ਪੈਣਾ ਗਾ ਤੇਰੇ ਫੁੱਫੜ ਵਾਸਤੇ। ਉੱਠ ਉੱਠ ਕੰਜਰ ਦੇ ਪੁੱਤੋ। ਨਾ ਟਿੱਡਾ ਫੇਰ ਸੌ ਗਿਆ ਬੇ ਟਿੱਡਿਆ, ਬੇ ਟਿੱਡਿਆ। ਉਹ ਕੀ ਗੱਲ ਹੋ ਗਈ ਭੂਆ, ਟਿੱਡੇ ਨੂੰ ਹਾਕਾ ਮਾਰੀ ਜਾਂਦੀ ਆ? ਬੇ ਲਾਲੀ, ਤੂੰ ਪੰਡਿਤ ਨੂੰ ਬੁਲਾ ਲਿਆ ਜਾ ਕੇ, ਆਪਾਂ ਨੇ ਤੇਰੇ ਫੁੱਫੜ ਦੀ ਰੋਟੀ ਖਵਾਉਣੀ ਆ। ਉਹ ਭੂਆ, ਮੈਂ ਦੁੱਧ ਲੈ ਕੇ ਆਉਣਾ ਖੀਰ ਬਣਾਉਣ ਵਾਸਤੇ, ਤੂੰ ਟਿੱਡੇ ਨੂੰ ਭੇਜ ਦੇ, ਬਾਹਮਣ ਨੂੰ ਆਪੀ ਬੁਲਾ ਦੇਊ। ਅੱਛਾ ਬੇ ਟਿੱਡੇ, ਉੱਠ ਖੜਨ ਪੁੱਤਿਆਂ ਨੇ, ਕਿੱਡਾ ਸੂਰਜ ਚੜਿਆ ਗੋਡੇ ਗੋਡੇ। ਤੂੰ ਤੇਰੇ ਫੁੱਫੜ ਦੀ ਰੋਟੀ ਖਵਾਉਣੀ ਆ। ਕਿੱਧਰ ਮੂੰਹ ਚੱਕ ਕੇ ਤੁਰ ਪਿਆ? ਪਹਿਲਾਂ ਮੂੰਹ ਤਾਂ ਧੋ ਲੈ, ਸੜੇ ਹੋਏ ਜਾਤੇ ਧੋ ਲੈਂਦਾ। ਉਹ ਮੈਂ ਸਰਕੇ ਜਾਵਾਂ, ਅੱਜ ਸਾਡਾ ਟਿੱਡਾ ਸੁਨੇਹੀ ਉੱਠਿਆ ਖਪਦਾ। ਉਹ ਮੈਂ ਕਾਹਨੂੰ ਸੁਨੇਹਾ ਉੱਠਾ ਯਾਰ, ਆਹ ਬੁੜੀ ਜੀ ਨੇ ਠਾਤਾ ਮੈਨੂੰ ਤਾਂ, ਮੈਨੂੰ ਕਹਿੰਦੀ ਬਾਹਮਣ ਨੂੰ ਬੁਲਾ ਕੇ ਲੈ ਕੇ ਆ, ਹੁਣ ਤੜਕੀ ਤੜਕੇ ਬਾਹਮਣ ਦੇ ਮੱਥੇ ਲੱਗਣਾ ਪਊ ਯਾਰ। ਚਲ ਜਾ ਯਾਰ। ਜੈ ਸੀਤਾਰਾਮ, ਰਾਮ 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 ਜੈ ਸੀਤਾਰਾਮ, ਰਾਮ 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 ਰਾਮ। ਉਹ ਪੜਦਾ ਕਰ, ਉਹ ਬੈਠਾ ਸਾਹਮਣੇ। ਰਾਮ 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 ਜੈ ਰਾਮ, ਰਾਮ 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 ਜੈ ਸੀਤਾਰਾਮ, ਜੈ ਰਾਮ ਜੀ, ਰਾਮ ਰਾਮ ਭਾਈ। ਆ ਅੱਜ ਨਾ ਨਰਾਇਣ ਦੇ ਘਰੇ ਕੀੜੀ ਕਿਵੇਂ ਆ ਗਈ? ਕੀ ਕਿਹਾ ਭਾਜੀ? ਮੇਰਾ ਮਤਲਬ ਕੀੜੀ ਦੇ ਘਰ ਨਰਾਇਣ ਕਿਵੇਂ ਆ ਗਿਆ? ਹਾਂ ਦੱਸ ਭਾਈ, ਕੀ ਕਰਨਾ?
ਉਹ ਕੰਮ ਤਾਂ ਇਹ ਆ ਪੰਡਿਤ ਜੀ, ਜਿਹੜਾ ਮੇਰਾ ਫੁੱਫੜ ਦੀ ਸੀਗਾ ਉਹ ਮਿਸਰਾ ਬਿਜਲੀ ਵਾਲਾ, ਉਹ ਸਾਨੂੰ ਪਹਿਲਾਂ ਤਾਂ ਜਿਉਂਦਾ ਤਪਾਈ ਜਾਂਦਾ ਸੀਗਾ, ਹੁਣ ਮਰਿਆ ਹੋਇਆ ਤਪਾਈ ਜਾਂਦਾ ਗਾ। ਰਾਮ ਰਾਮ, ਮੈਂ ਭੂਤ ਪ੍ਰੇਤਾਂ ਵਾਲੇ ਕੰਮ ਨਹੀਂ ਕਰਦਾ ਭਾਈ। ਉਹ ਗੱਲ ਤਾਂ ਸੁਣ ਲਓ ਪੰਡਿਤ ਜੀ, ਗੱਲ ਪਤਾ ਕੀ ਹੈ, ਰਾਤ ਕਹਿੰਦਾ ਬੀਬੋ ਭੂਆ ਦੇ ਸੁਪਨੇ 'ਚ ਆਇਆ ਹੋ, ਹੈਂ ਨਾਲੇ ਤਾਂ ਕਹਿੰਦਾ ਮੈਨੂੰ ਪੂਰੀਆਂ ਖਵਾਓ, ਛੋਲੇ ਪੂਰੀਆਂ ਤੇ ਨਾਲੇ ਕਹਿੰਦਾ ਖੀਰ ਖਵਾਓ, ਪਤਾ ਨਹੀਂ ਉਹਦਾ ਕੀ ਕੀ ਮੰਗਦਾ ਗਾ। ਉਹ ਤਾਂ ਭਾਈ ਬਹੁਤ ਕੁਝ ਮੰਗਦਾ। ਕੀ ਕਿਹਾ ਜੀ? ਤੈਅ ਕਰ, ਤੂੰ ਚੱਲ ਕਰੇ, ਮੈਂ ਆਉਣਾ। ਅੱਛਾ ਜੀ, ਹੁਣੀ ਆ ਕੇ ਤੇਰੇ ਮੰਗ ਰਹੀ ਆ ਗਿਆ। ਹਾਂ ਜੀ, ਰਾਮ ਰਾਮ ਭਾਈ। ਇਹੋ ਜਿਹਾ ਟਾਈਮ ਤਾਂ ਕਦੇ ਕਦੇ ਆਉਂਦਾ, ਬੀਬੋ ਦੇ ਘਰੇ ਅੱਜ ਤਾਂ ਮੈਂ ਡੱਕ ਕੇ ਖਾ ਕੇ ਆਊਂਗਾ। ਰਾਮ ਰਾਮ। ਆਹੀ ਹੈ ਬੀਬੂ ਦਾ ਘਰ। ਦੂਰ ਮੇਰੇ ਤੋਂ, ਹੈਂ ਦੇਖ ਕਿਵੇਂ ਝੱਕਦਾ, ਜਿਵੇਂ ਤੁਹਾਡਾ ਫੁੱਫੜ ਝੱਕਦਾ ਹੁੰਦਾ। ਆ ਜਾਓ ਪੰਡਿਤ ਜੀ, ਇਹ ਤਾਂ ਸਾਡਾ ਸੀਰੀ ਆ। ਓਹੋ ਬੀਬੂ, ਆ ਗਿਆ ਆ ਗਿਆ, ਹੋਰ ਕਿੱਥੇ ਜਾਊਂਗਾ, ਹੁਣ ਤਾਂ ਮੈਂ ਇੱਥੇ ਬਹਿ ਕੇ ਖਾਊਂਗਾ। ਆਓ ਜੀ ਜੀ ਆਇਆਂ ਨੂੰ। ਬਾਬਾ ਜੀ ਵਾਸਤੇ ਦਾਲ ਹੈਗੀ ਵੀ ਨਹੀਂ। ਬੁਆ ਹਾਂ, ਬਾਬਾ ਜੀ ਆ ਚੱਕੋ ਤੁਹਾਡਾ ਦਾਲ ਭੋਜਨ, ਤੇ ਆ ਚੱਕੋ ਸਾਬਾ ਪੂਰੀਆਂ ਵਾਲਾ, ਤੇ ਆ ਚੱਕੋ ਤੁਹਾਡੇ ਵਾਸਤੇ ਬਣਾਈਏ ਬਾਬਾ ਜੀ ਮੈਂ ਖੀਰ। ਹਾਂ ਖਾ ਲਓ ਬਾਬਾ ਜੀ, ਛਕੋ 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 ਬਾਬਾ ਜੀ, ਸੰਗੋ ਨਾ ਚੋਪੜ ਦੋ, ਦੇਖ ਕਿਵੇਂ ਖਾਂਦਾ। ਢਾਬੇ ਨੂੰ ਵੀ ਮਾਤ ਪਾਉਂਦੀ ਆ, ਮੇਰੇ ਇਥੋਂ ਤਾਂ ਮਰਿਆ ਨੀ ਪੰਡਿਤ ਜੀ, ਜਦੋਂ ਫੁੱਫੜ ਮਰਿਆ ਨਾ ਉਹ ਇਹਨਾਂ ਦੇ ਹੱਥੋਂ ਰੋਟੀ ਖਾਂਦਾ ਸੀ ਭੂਆ। ਜਾਓ ਔਂਤਰਾਂ ਨੂੰ ਕਿਹਾ ਸੀ ਦਵਾਈ ਲਿਆ ਦੇਣਾ, ਹੈ ਸੁਣਦੇ ਨੀ ਕਰਦੇ ਨੀ ਕਿਸੇ ਦੀ। ਮੈਂ ਵੀ ਪਾਥੀਆਂ ਪਾ ਲਾਂ ਨੀ, ਹੋਰ ਨੀ ਹਨੇਰਾ ਹੋ ਗਿਆ, ਆਖਣ ਹੋ ਗਿਆ, ਆਪਣੀ ਆਖਣ ਹੋ ਗਿਆ, ਦਵਾ ਦਵਾ ਪਾਥੀਆਂ ਪਾ ਲਾਂ, ਹਨੇਰਾ ਹੋ ਗਿਆ, ਟੁੱਕ ਵੀ ਕਰਨਾ ਹੋਰ ਨੀ। ਚੱਲ ਚੱਲ ਨੀ, ਬਥੇਰੀਆਂ ਬਥੇਰੀਆਂ ਹੋ ਗਈਆਂ, ਚੱਲ ਚੱਕ ਟੋਕਰਾ ਤੇਰਾ। ਸੱਚੀ ਫੁੱਫੜ ਸਵਰਗਾਂ ਚ ਅੱਛਾ ਕਰਦਾ ਪਰੀਆਂ ਨਾਲ, ਹੈਂ
ਜੇ ਫੁੱਫੜ ਛੇੜ ਸਕਦਾ ਪਰੀਆਂ ਨੂੰ ਆਪਾਂ ਕਿਉਂ ਨੀ ਛੇੜ ਸਕਦੇ? ਪਰੀਓ ਰਾਮ ਰਾਮ, ਸ਼ਰਮ ਨੀ ਹੋਈ ਤੈਨੂੰ? ਸ਼ਤਰ ਖਾਂਦਾ ਹੁੰਦਾ ਤੀਗਾ, ਹੁਣ ਹੋ ਗਿਆ ਥੋੜੇ ਫੁੱਫੜ ਦਾ ਸਰਾਧ ਪੂਰਾ।